ਸੋਹਣੇ ਕੁੜੀਓ ਤੇ ਸੋਹਣੇ ਮੁੰਡਿਓ, ਸੱਜਣੋ ਤੇ ਬੇਲੀਓ, ਅੱਜ ਅਸੀਂ ਸਿੱਖਾਂਗੇ ਕਿ ਵਰਡ ਦੇ ਵਿੱਚ ਕਿਸ ਤਰ੍ਹਾਂ ਅਸੀਂ ਵਰਡ ਆਰਟ ਨੂੰ ਇਸਤੇਮਾਲ ਕਰਦੇ ਹਾਂ ਤਾਂ ਕਿ ਖੂਬਸੂਰਤ ਕਿਸ ਤਰ੍ਹਾਂ ਲਿਖਿਆ ਜਾ ਸਕੇ, ਅਗਰ ਕੋਈ ਸਰਟੀਫਿਕੇਟ ਬਣਾਉਣਾ ਤਾਂ ਉਸਦਾ ਹੈਡਿੰਗ ਕਿਸ ਤਰ੍ਹਾਂ ਦਿੱਤਾ ਜਾਏ, ਇਹ ਸਾਰੀਆਂ ਚੀਜ਼ਾਂ ਅਸੀਂ ਅੱਜ ਸਿੱਖਾਂਗੇ। ਔਰ ਬੜਾ ਆਸਾਨ ਜਿਹਾ ਤਰੀਕਾ ਹੈ ਔਰ ਬੜੀ ਛੋਟੀ ਜਿਹੀ ਵੀਡੀਓ ਹੈ, ਇਨਸ਼ਾਅੱਲਾ ਤੁਹਾਨੂੰ ਪਸੰਦ ਆਏਗੀ ਔਰ ਤੁਸੀਂ ਇਸ ਨੂੰ ਦੇਖ ਕੇ ਕੁਝ ਸਿੱਖ ਲਓਗੇ। ਅਸੀਂ ਸਭ ਤੋਂ ਪਹਿਲੇ ਹੈ ਇਨਸਰਟ ਬਟਨ ਦਬਾਇਆ ਹੈ, ਇਨਸਰਟ ਬਟਨ ਤੋਂ ਦਬਾਉਣ ਤੋਂ ਬਾਅਦ ਇਹ ਸਾਡੇ ਸਾਰੇ ਜਿਹੜੇ ਟੈਬ ਖੁੱਲ ਗਏ ਨੇ ਔਰ ਇਹ ਲਿਖਿਆ ਹੈ ਵਰਡ ਆਰਟ, ਇਸ ਨੂੰ ਅਸੀਂ ਕਲਿੱਕ ਕਰਦੇ ਹਾਂ। ਕਲਿੱਕ ਕੀਤਾ, ਇਹ 'ਚ ਮੁਖਤਲਿਫ ਡਿਜ਼ਾਇਨ ਆ ਗਏ ਨੇ। ਹੁਣ ਫਾਰ ਐਗਜ਼ਾਮਪਲ ਅਸੀਂ ਇਹ ਡਿਜ਼ਾਇਨ ਲੈ ਲੈਂਦੇ ਹਾਂ, ਇਹ ਡਿਜ਼ਾਇਨ ਲੈ ਲੈਂਦੇ, ਕੋਈ ਵੀ ਇੱਕ ਡਿਜ਼ਾਇਨ ਪਕੜ ਸਕਦੇ ਹਾਂ। ਚਲੋ ਸਭ ਤੋਂ ਪਹਿਲੇ ਕੀ ਕਰਦੇ ਹਾਂ, ਅਸੀਂ ਇਸ ਡਿਜ਼ਾਇਨ ਨੂੰ ਲੈ ਲੈਂਦੇ ਔਰ ਉਸ ਤੋਂ ਬਾਅਦ ਇਹ ਕਹਿ ਰਿਹਾ ਕਿ ਇੱਥੇ ਕੁਝ ਲਿਖੋ, ਯਾਨੀ ਕਿ ਯੋਰ ਟੈਕਸਟ ਹੇਅਰ। ਹੁਣ ਇਸ ਜਗ੍ਹਾ 'ਤੇ ਅਸੀਂ ਲਿਖ ਦਿੰਦੇ ਹਾਂ ਪੰਜਾਬੀ ਟੈਕ, ਤੁਹਾਡਾ ਆਪਣਾ ਚੈਨਲ। ਜੀ ਹਾਂ, ਕੋਈ ਆਪਸ਼ਨ ਆ ਗਿਆ, ਇਸ ਨੂੰ ਕੀਪ ਕਰੰਟ ਕਲਰ ਹੀ ਰੱਖਦੇ ਹਾਂ। ਔਰ ਉਸ ਤੋਂ ਬਾਅਦ ਪੰਜਾਬੀ ਟੈਕ, ਟੈਕ ਤੁਸੀਂ ਸੋਚਦੇ ਹੋ ਕਿ ਮੈਂ TECH ਟੈਕ ਕਿਉਂ ਨਹੀਂ ਲਿਖਿਆ, TEK ਕਿਉਂ ਟੈਕ ਲਿਖ ਦਿੱਤਾ, ਤਾਂ ਪੰਜਾਬੀ ਦੇ ਵਿੱਚ ਟੈਕ ਜਿਹੜਾ ਉਹ ਟੈਕੇ ਵਾਲਾ ਟੈਕ ਹੈ, ਬੜਾ ਖੂਬਸੂਰਤ ਲੱਗਦਾ ਕੇ ਨਾਲ ਲਿਖਿਆ ਜਾਏ। ਇਸ ਨੂੰ ਅਸੀਂ ਦਬਾਉਂਦੇ ਓਕੇ, ਓਕੇ ਦਬਾਇਆ, ਦੇਖੋ ਕਿਤਨਾ ਖੂਬਸੂਰਤ ਲਿਖਿਆ ਆ ਗਿਆ। ਇਸ ਨੂੰ ਪਕੜ ਕੇ ਆ ਕੋਨੇ ਤੋਂ ਅਸੀਂ ਜਿਤਨਾ ਇੱਕ ਸਾਈਡ ਨੂੰ ਖਿੱਚਦੇ ਜਾਵਾਂਗੇ ਬੜਾ ਹੁੰਦਾ ਜਾਏਗਾ, ਅਗਰ ਇਸ ਨੂੰ ਦਰਮਿਆਨ 'ਚ ਪਕੜ ਕੇ ਖਿੱਚਾਂਗੇ ਤਾਂ ਲੰਬਾ ਹੁੰਦਾ ਜਾਏਗਾ, ਕਿਸੇ ਸਾਈਡ ਤੋਂ ਵੀ ਹੈ ਬਰਾਬਰ ਜਾ ਰਿਹਾ ਔਰ ਬਹੁਤ ਖੂਬਸੂਰਤ ਲੱਗ ਰਿਹਾ। ਦੇਖੇ ਇਸੇ ਤਰ੍ਹਾਂ ਅਸੀਂ ਹੁਣ ਕੋਈ ਦੂਸਰਾ ਲਫ਼ਜ਼ ਲਿਖਣਾ ਚਾਹ ਰਹੇ ਹਾਂ ਅਤੇ ਦੁਬਾਰਾ ਫਿਰ ਉਸ 'ਤੇ ਕਲਿੱਕ ਕਰ ਲੈਂਦੇ ਇੱਕ ਆਰਟ ਨੂੰ। ਇਹ ਦੇਖੋ ਉਸਨੇ ਉਸ ਕਲਰ 'ਚ ਸ਼ਿਫਟ ਕਰਤਾ ਹੈ, ਸਾਰੇ ਉਹਦੇ ਮੁਖਤਲਿਫ ਕਿਸਮ ਦੇ ਆ ਗਏ ਨੇ ਡਿਜ਼ਾਇਨ। ਇਹ ਦੇਖੋ ਕਿਤਨਾ ਹੀ ਖੂਬਸੂਰਤ ਲੱਗ ਰਿਹਾ, ਬਹੁਤ ਜ਼ਬਰਦਸਤ। ਲੇਕਿਨ ਇਹ ਕਿ ਜਿਸ ਵੇਲੇ ਤੁਸੀਂ ਕੋਈ ਸਨਦ ਸੁਨਦ ਬਣਾ ਰਹੇ ਹੋ, ਜਿਸ ਵੇਲੇ ਕੋਈ ਸਰਟੀਫਿਕੇਟ ਬਣਾ ਰਹੇ, ਤਾਂ ਉਸ ਟਾਈਮ ਇਤਨਾ ਬੜਾ ਤਾਂ ਨਹੀਂ ਲਿਖਣਾ, ਉਹਨੂੰ ਛੋਟਾ ਜਿਹਾ ਕਰਕੇ ਲਿਖਣਾ ਤਾਂ ਕਿ ਉਹ ਖੂਬਸੂਰਤ ਵੀ ਲੱਗੇ, ਜਿਸ ਤਰ੍ਹਾਂ ਹਮੇਸ਼ਾ ਸਰਟੀਫਿਕੇਟਾਂ 'ਤੇ ਬਣਿਆ ਹੁੰਦਾ। ਠੀਕ ਹੈ, ਇਹਨੂੰ ਹੁਣ ਅਸੀਂ ਕਰ ਦਿੰਦੇ ਹਾਂ ਡਿਲੀਟ, ਆਪਣੇ ਜਿਹੜਾ ਤੁਹਾਡਾ ਕੰਪਿਊਟਰ ਹੈ ਉਸ 'ਤੇ ਕੀਬੋਰਡ ਦੇ ਉੱਪਰ ਡਿਲੀਟ ਵਾਲੇ ਬਟਨ ਦਬਾਉਂਦੇ ਤਾਂ ਡਿਲੀਟ ਹੋ ਗਿਆ, ਯਾਨੀ ਖਤਮ ਹੋ ਗਿਆ। ਔਰ ਉਸ ਤੋਂ ਬਾਅਦ ਫਿਰ ਦੁਬਾਰਾ ਤੁਹਾਨੂੰ ਤਰੀਕਾ ਦੱਸਦਾ, ਇਹ ਇਨਸਰਟ ਬਟਨ ਹੈ, ਇਸ ਨੂੰ ਦਬਾਉਣਾ, ਦਬਾ ਕੇ ਇਹ ਵਰਡ ਆਰਟ ਕੋਨੇ 'ਚ ਲਿਖਿਆ, ਵਰਡ ਆਰਟ ਨੂੰ ਕਲਿੱਕ ਕੀਤਾ, ਇਹਦੇ ਵਿੱਚ ਜਿਹੜਾ ਵੀ ਡਿਜ਼ਾਇਨ ਤੁਹਾਨੂੰ ਚਾਹੀਦਾ, ਕੋਈ ਸਰਟੀਫਿਕੇਟ ਬਣਾਉਣਾ ਅਤੇ ਇਹ ਡਿਜ਼ਾਇਨ ਵੀ ਬਿਹਤਰ ਹੈ, ਇੱਥੇ ਫਿਰ ਅਸੀਂ ਲਿਖ ਲੈਂਦੇ ਹਾਂ ਸੱਜਣੋ ਅਤੇ ਬੇਲੀਓ, ਕਿਉਂਕਿ ਸਾਡਾ ਚੈਨਲ ਜਿਹੜਾ ਉਹ ਪੰਜਾਬੀ 'ਚ ਹੈ ਅਤੇ ਪੰਜਾਬੀ 'ਚ ਹੀ ਥੋੜ੍ਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਵਾਹ ਜੀ ਵਾਹ, ਕਿਆ ਖੂਬਸੂਰਤ ਆ ਗਿਆ ਲਿਖਿਆ, ਅਗਰ ਇਸ ਨੂੰ ਥੋੜ੍ਹਾ ਜਿਹਾ ਥੱਲੇ ਨੂੰ ਦਬਾਉਂਦੇ ਜਾਵਾਂਗੇ ਤਾਂ ਗੋਲ ਹੁੰਦਾ ਜਾਏਗਾ। ਇਸ ਤਰ੍ਹਾਂ ਹੀ ਤੁਸੀਂ ਜਿਲੇ ਕੋਈ ਸਨਦ ਬਣਾਉਣੀ ਆ ਜਾਂ ਕੋਈ ਤੁਸੀਂ ਕਾਰਡ ਬਣਾਉਣਾ, ਮਤਲਬ ਕਿਸੇ ਦੇ ਵਿਆਹ ਦਾ ਕਾਰਡ ਬਣਾਉਣਾ, ਤਾਂ ਵੀ ਤੁਸੀਂ ਇਹਨੂੰ ਇਸ ਤਰ੍ਹਾਂ ਜਿਤਨਾ ਇਹਨੂੰ ਗੋਲ ਕਰਦੇ ਜਾਓਗੇ ਗੋਲ ਹੁੰਦਾ ਜਾਏਗਾ। ਦੇਖੋ ਹੋਰ ਜ਼ਿਆਦਾ ਅਸੀਂ ਗੋਲ ਇਹਨੂੰ ਕਰ ਦਿੱਤਾ, ਉਹ ਇਹਦਾ ਤਰੀਕਾ, ਇਹਨੂੰ ਇੱਥੋਂ ਪਕੜ ਕੇ ਇਸ ਤਰ੍ਹਾਂ ਕਰ ਦਿਓ ਅਤੇ ਬੜਾ ਹੋ ਜਾਏਗਾ, ਔਰ ਛੋਟਾ ਕਰਨਾ ਤਾਂ ਇਹਨੂੰ ਦਬਾ ਕੇ ਇਸ 'ਤੇ ਕਰ ਦਿਓ ਅਤੇ ਛੋਟਾ ਹੋ ਜਾਏਗਾ। ਕਿਸੇ ਵੀ ਕੋਨੇ 'ਤੇ ਇਹਨੂੰ ਪਕੜਾਂਗੇ ਅਤੇ ਦੇਖੋ ਥੋੜ੍ਹਾ ਲੰਬਾ ਜਿਹਾ ਹੋ ਗਿਆ, ਅਗਰ ਥੱਲੇ ਉਹਨੂੰ ਦਬਾ ਕਰਦੇ ਤਾਂ ਥੋੜ੍ਹਾ ਜਿਹਾ ਮੋਟਾ ਵੀ ਇਸ ਦੇ ਨਾਲ ਹੋ ਜਾਏਗਾ। ਅਤੇ ਇਸ ਤਰ੍ਹਾਂ ਹੁਣ ਤੁਸੀਂ ਆਪਣੀ ਸਾਰੀ ਪ੍ਰੈਕਟਿਸ ਕਰ ਲੈਣੀ ਹੈ ਔਰ ਇਹ ਕਿ ਮੁਖਤਲਿਫ ਕਲਰਾਂ ਨਾਲ ਬਣਾ ਕੇ ਹਰ ਚੀਜ਼, ਔਰ ਵੀਡੀਓ ਛੋਟੀ ਜਿਹੀ ਕਿਸ ਤਰ੍ਹਾਂ ਧਿਆਨ ਲੱਗੀ, ਇਸ ਤੋਂ ਤੁਸੀਂ ਕੁਝ ਸਿੱਖਿਆ ਤਾਂ ਦੱਸਿਓ, ਔਰ ਮਾਈਕਰੋਸਾਫਟ ਵਰਡ ਜਿਹੜਾ ਇਸ 'ਤੇ ਅੱਗੇ ਵੀ ਵੀਡੀਓ ਮੈਂ ਬਣਾਉਂਦੇ ਰਹਿਣਾ ਛੋਟੀ ਛੋਟੀਆਂ, ਤਾਂ ਕਿ ਮੇਰੇ ਉਹ ਭਰਾ, ਮੇਰੇ ਉਹ ਬੱਚੇ, ਮੇਰੇ ਦੋਸਤ ਯਾਰ ਬੇਲੀ ਜਿਹੜੇ ਲੁਧਿਆਣੇ ਤੋਂ ਬਹੁਤ ਦੂਰ ਰਹਿੰਦੇ, ਪਿੰਡ 'ਚ ਵੀ ਰਹਿੰਦੇ, ਉਹ ਵੀ ਇਹ ਵੀਡੀਓ ਦੇਖ ਕੇ ਸਿੱਖ ਸਿੱਖਣ, ਕਿਸੇ ਮੋਬਾਈਲ 'ਤੇ ਵੀਡੀਓ ਦੇਖ ਲੈਣ। ਇਸ ਤਰ੍ਹਾਂ ਹੀ ਦੂਸਰੇ ਏਰੀਏ ਦੇ ਵਿੱਚ ਜਿਹੜੇ ਦੂਰ ਦੂਰ ਜਗ੍ਹਾ 'ਤੇ ਰਹਿੰਦੇ ਨੇ, ਜਿਹਨਾਂ ਕੋਲ ਵਿਚਾਰਿਆਂ ਕੋਲ ਅੱਛਾ ਕੰਪਿਊਟਰ ਵੀ ਨਹੀਂ ਸਭ, ਜੇ ਉਹ ਚੀਜ਼ਾਂ ਇਸ ਤੋਂ ਆਪਣੇ ਮੋਬਾਈਲ ਤੋਂ ਦੇਖ ਕੇ ਆਪਣੇ ਕੰਪਿਊਟਰ 'ਤੇ ਚਲਾ ਕੇ ਸਿੱਖ ਸਕਣ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।